श्री दरबार साहब के पास हेरिटेज स्ट्रीट पर चली तलवारें। हेरिटेज स्ट्रीट पर सुरक्षा गार्ड और दुकानदारों के बीच झड़प, पूरा मामला सीसीटीवी में कैद। श्री दरबार साहब के पास हेरिटेज स्ट्रीट, जिसके रख रखाव के लिए सुरक्षा तैनात की गई है, वहां पर कुछ दुकानदारों ने सुरक्षा गार्ड पर हमला कर दिया। हमले के पीछे कारण ये था कि दुकानदारों ने अपने दुकान के आगे पंखे और ट्यूबलाइटें लगाई थी, जिसे सुरक्षा गार्डों ने आपत्ति की तो हटा तो दिया, लेकिन बाद में दुकानदारों ने हमला कर दिया। उधर पुलिस ने कहा कि इस मामले में जांच की जा रही है, सारी जानकारी सीसीटीवी में कैद हो गई है और सीसीटीवी कैमरे के आधार पर अगली कार्रवाई की जाएगी। सर अभी ना जाने कि अड्डे एक मतलब सिक्योरिटी गार्ड साढ़ा गया, मतलब कि उन्होंने पखे लाने बारे कहा, पखे तो ला लाए ही उन्होंने, लाइटा बारे कहा, तो वाल गल पै गए, मतलब गल पै थप्पड़ थप्पड़ मारे वे भी, तो मुड़ के अं मुड़ के जाके एस ओ साहब साढ़ा सीनियर आनू अं जाके रिपोर्ट दी, उन्हें मुड़ के दरखास्त दे के आन डे अं सारे सिक्योरिटी गार्ड, तो आ गए साढ़े गल पै गए, दत्त कुरबाना लैके मगर पै गया, तो मेरे बखी के बच्ची मारी गई आ, कोई सुरक्षा मारे, इस करके उन्होंने जो भी कार्रवाई बनती की जाए। तो जाने की जी पहली सरकार ही उदो कोई साढ़े गल नहीं पाया, जी हूँ सरकार ये कोई कर नहीं रही, वह जहाँ साड़ी सेफ्टी लिए कोई नहीं कर रही, क्योंकि सूँ हर वे नुकसान हो रहा वा, क्योंकि सूँ कि जान में मारनी धमकी देंगे, तो अं कल्या जाना वा योजना धमकियां देंगे, इस करके अं अपने अफसर दसते हैं। हाँ जी दरखास्त दी, कटवाई थाने दी दरखास्त, हूँ मैडिकल वाले करा के लो अपना, तो फिर अगली कार्रवाई कर देंगे थाने वाले कहें। ਇਹ ਕਰਕੇ ਜਿਹੜੀ ਸਰਕਾਰ ਕਾਂਗਰਸ ਸੀ, ਸਾਡਾ ਕੋਈ ਨਹੀਂ ਕਰਨੀ ਸਹੂਲਤ ਬਾਰੇ, ਨਾ ਕੁਝ ਅਸੀਂ ਆਉਣੇ ਇੱਥੇ ਥਾਣੇ ਆਉਣੇ ਆ, ਉਹ ਮਾੜੇ ਝਾੜ ਦਿੰਦੇ ਉੱਤੋਂ ਗੂੰਗਲਾਂ 'ਤੇ ਮਿੱਟੀ ਝਾੜ ਦਿੰਦੇ ਆ, ਇਹ ਕਰਕੇ ਉਹ ਕਾਰਵਾਈ ਪੂਰੀ ਨਹੀਂ ਕਰਨ ਡਿਆ ਸਾਡੇ 'ਤੇ, ਕਿਉਂਕਿ ਸਾਨੂੰ ਕੱਲ੍ਹ ਨੂੰ ਮਾਰ ਵੀ ਸਕਦੇ, ਰਾਹ ਜਾਂਦੇ ਡਿਊਟੀ 'ਤੇ ਜਾਣਾ, ਸਾਨੂੰ ਕੱਲ੍ਹ ਪੈ ਸਕਦੇ ਸਾਡੇ, ਇਹ ਕਰਕੇ ਅਕਾਲੀ ਸਰਕਾਰ ਸਾਡੀ ਪੂਰੀ ਸਹੂਲਤ ਕਰਦੀ, ਅਸੀਂ ਆਉਂਦੇ ਉਸੇ ਵੇਲੇ ਕਦਮ ਚੁੱਕਦੀ, ਉਸੇ ਵੇਲੇ ਨਾ ਅੰਦਰ ਜਿਹਨੇ ਦਰਖਾਸਤ ਦੇਣੇ ਉਸੇ ਵੇਲੇ ਅੰਦਰ ਕਰਦੇ ਅਕਾਲੀ ਸਰਕਾਰ, ਇਹ ਕਾਂਗਰਸ ਸਰਕਾਰ ਕੁਝ ਨਹੀਂ ਕਰਦੀ, ਸਾਨੂੰ ਕੱਲ੍ਹ ਨੂੰ ਜਾਣ ਦਿੰਦੇ ਮਾਰ ਵੀ ਸਕਦੇ ਆ, ਕਿਸੇ ਨੂੰ ਰਾਹ ਜਾਂਦੇ ਆ, ਅੱਗੇ ਵੀ ਸਾਡੇ ਗਾਰਡ ਇਸੇ ਕਰਕੇ ਨਿਕਲ ਕੇ ਇਸੇ ਚੱਕਰਾਂ 'ਚ ਉਹਨਾਂ ਨੂੰ ਧਮਕੇ ਦਿੰਦੇ, ਉਹ ਹਟ ਕੇ ਫਿਰ ਡਿਊਟੀ ਤੋਂ, ਇਹ ਕਰਕੇ ਇਹਨਾਂ 'ਤੇ ਕਾਰਵਾਈ ਪੂਰੀ ਕੀਤੀ ਜਾਵੇ ਸਖ਼ਤ ਤੋਂ ਸਖ਼ਤ। ਸਰ ਕੈਪਟਨ ਹਰਵਿੰਦਰ ਸਿੰਘ, ਸਕਿਉਰਟੀ ਅਫਸਰ, ਗੋਲਡਨ ਪਲਾਜ਼ਾ, ਹੈਰੀਟੇਜ ਸਟਰੀਟ। ਸਰ ਇਹ ਦੋ ਦਿਨ ਪਹਿਲਾਂ ਜੋ ਹੈਰੀਟੇਜ ਸਟਰੀਟ ਦੇ ਉੱਤੇ ਸਰਕਾਰੀ ਪ੍ਰਾਪਰਟੀ ਲੱਗੀ ਆ, ਉਹਦੇ ਉੱਤੇ ਐਨ ਕੇ ਮੋਬਾਇਲ ਹੱਟ ਵਾਲਿਆਂ ਨੇ ਪੱਖੇ ਔਰ ਲੈਟਰਨ ਲਗਾ ਦਿੱਤੀਆਂ ਸੀ, ਜੋ ਪਸਾੜ ਆ ਬਾਹਰ ਲੱਗਾ, ਉਹ ਪਿਛਲੇ ਸਾਲ ਵੀ ਲੱਗੇ ਸੀ, ਸਾਡੇ ਬੰਦੇ ਰਾਤ ਨੂੰ ਸਫਾਈ ਵਾਲੇ ਸਾਫ਼ ਕਰਦੇ ਆ, ਅਤੇ ਕਰੰਟ ਪੈਂਦਾ, ਪਿਛਲੇ ਸਾਲ ਕਰੰਟ ਪਿਆ ਸੀ, ਉਸ ਨੂੰ ਦੇਖਦੇ ਹੋਇਆਂ ਕਿ ਕੋਈ ਐਕਸੀਡੈਂਟ ਨਾ ਹੋਏ, ਤਾਂ ਅਸੀਂ ਉਹਨਾਂ ਨੂੰ ਪਰਸੋਂ ਕਿਹਾ ਸੀ, ਉਹਨਾਂ ਨੇ ਨਹੀਂ ਉਤਾਰੇ, ਉਹਦਾ ਫਿਰ ਗਲੈਰੇ 'ਚ ਰਿਪੋਰਟ ਕੀਤੀ, ਗਲੈਰੇ ਵਾਲਿਆਂ ਨੇ ਉਹਨਾਂ ਦੀ ਬੁਲਾ ਕੇ ਉਹਨਾਂ ਨੂੰ ਮਾਰਨ ਦਿੱਤੀ, ਉਹਨਾਂ ਕਿਹਾ ਅਸੀਂ ਉਤਾਰ ਦਿਆਂਗੇ, ਉਹਨਾਂ ਨਹੀਂ ਉਤਾਰੇ, ਅਸੀਂ ਫਿਰ ਉੱਪਰ ਰਿਪੋਰਟ ਦੇ ਦਿੱਤੀ ਜੀ ਐੱਮ ਸਾਹਿਬ ਨੂੰ ਔਰ ਕਮਿਸ਼ਨਰ ਨੂੰ, ਉਹਨਾਂ ਨੇ ਬੰਦੇ ਭੇਜੇ, ਤਾਂ ਉਹਨਾਂ ਨੇ ਅੱਜ ਪੱਖੇ 'ਤੇ ਉਤਾਰਤੇ ਰਾਤ, ਲੇਕਿਨ ਲੈਟਰ ਨਹੀਂ ਉਤਾਰੀ, ਜਾਂ ਬਾਅਦ ਸਿਕਿਉਰਟੀ ਗਾਰਡ ਲੈਟਾਂ ਉਤਾਰਨ ਵਾਸਤੇ ਦੱਸਣ ਗਿਆ, ਤਾਂ ਉਹਨਾਂ ਨੇ ਸਿਕਿਉਰਟੀ ਗਾਰਡ ਨੂੰ ਵੱਧ ਘੱਟ ਬੋਲਿਆ ਔਰ ਮੇਰੇ ਬਾਰੇ ਬੋਲਿਆ ਕਿ ਉਸ ਕੋ ਜੋ ਗਲਤ ਲਫ਼ਜ਼ ਇਸਤੇਮਾਲ ਕਰਕੇ ਅਸੀਂ ਉਹਨੂੰ ਦੱਸਦੇ ਹਾਂ ਕਿ ਕਿੱਦਾਂ ਲੈਟਾਂ ਉਤਾਰੀਆਂ ਜਾਂਦੀਆਂ, ਅਤੇ ਸਿਕਿਉਰਟੀ ਗਾਰਡ ਮੇਰੇ ਪਾਸ ਆ ਗਿਆ, ਮੈਂ ਸੀਨੀਅਰ ਸੇ ਬਾਤ ਕੀ, ਉਹਨਾਂ ਨੇ ਬੋਲਿਆ ਥਾਣੇ ਦਰਖਾਸਤ ਦੇ ਦਿਓ, ਉਹ ਮੇਰੀ ਸਿਕਿਉਰਟੀ ਗਾਰਡ ਨੂੰ ਦੋਵਾਂ ਤਿੰਨਾਂ ਨੂੰ ਹੋਰ ਡਰਾਵਾ ਦਿੱਤਾ ਉਹਨਾਂ ਨੇ, ਇਹ ਡਰ ਕੇ ਮੇਰੇ ਥੱਲੇ ਨੀਚੇ ਆ ਗਿਆ, ਮੈਂ ਪੂਰੀ ਸਿਕਿਉਰਟੀ ਗਾਰਡ ਨੂੰ ਨਾਲ ਲੈ ਕੇ ਦਰਖਾਸਤ ਲਿਖ ਕੇ ਜੋ ਥਾਣੇ ਦਿੱਤੀ ਆ। ਤਾਂ ਕੀ ਕੀਤਾ ਜੀ ਅੱਜ ਉਹਨਾਂ ਨੇ? ਉਹਨਾਂ ਨੇ ਜਦੋਂ ਦਰਖਾਸਤ ਦੇਣ ਆ ਰਹੇ ਆ ਸਿਕਿਉਰਟੀ ਗਾਰਡ ਸਾਥ, ਮੈਂ ਵੀ ਹਾਂ, ਉਹਨਾਂ ਨੇ 15-20 ਬੰਦੇ ਇਕੱਠੇ ਕਰਕੇ ਦੁਕਾਨ ਦੇ ਸਾਹਮਣੇ ਖਲੋਤੇ ਹੋਏ, ਅਸੀਂ ਆਪਣੀ ਸਟਰੀਟ ਦੇ ਉੱਤੋਂ ਦੀ ਆ ਰਹੇ ਹਾਂ, ਉਹਨਾਂ ਨੇ ਉੱਤੇ ਕਿਰਪਾਨਾਂ ਲੈ ਕੇ ਅਤੇ ਡਾਂਗਾਂ ਲੈ ਕੇ ਇਹਨਾਂ ਉੱਤੇ ਹੱਲਾ ਬੋਲਿਆ ਵਾ, ਦੋ ਸਿਕਿਉਰਟੀ ਗਾਰਡ ਅਮਨਜੀਤ ਸਿੰਘ ਅਤੇ ਹੀਰਾ ਸਿੰਘ ਦੇ ਚੋਟਾਂ ਲੱਗੀਆਂ, ਹੋਰ ਹਰਦੀਪ ਸਿੰਘ ਦੀ ਪੂਰੀ ਵਰਦੀ ਪਾਟੀ ਆ, ਬਾਕੀਆਂ ਦੇ ਪੱਥਰ ਲੈ ਕੇ ਪਿੱਛੇ ਭੱਜੇ, ਉਹਨਾਂ ਨੇ ਇੱਟਾਂ ਰੋੜੇ ਇਕੱਠੇ ਕੀਤੇ ਹੋਏ ਸੀ, ਜੋ ਕਿ ਡਾਕਟਰ ਚੌਂਕ ਤੱਕ ਪਿੱਛੇ ਭੱਜੇ ਸਾਡੇ, ਅਸੀਂ ਜਾ ਕੇ ਥਾਣੇ ਅਤੇ ਦਰਖਾਸਤ ਦਿੱਤੀ, ਉੱਧਰੋਂ SHO ਨੂੰ ਫੋਨ ਆ ਗਿਆ ਸੀ, ਉੱਥੇ SI ਖੜ੍ਹਾ ਸੀ ਇੱਕ ਦੁਕਾਨ 'ਤੇ, ਉਹਦੇ ਸਾਹਮਣੇ ਇਹ ਕਾਰਵਾਈ ਹੋਈ ਆ, ਅਤੇ ਅਸੀਂ ਆ ਕੇ ਦਰਖਾਸਤ ਦਿੱਤੀ ਆ, ਤਾਂ ਦੁਕਾਨ ਬੰਦ ਕਰਕੇ ਚਲ ਗਏ ਆ, ਅਤੇ ਮੇਰੀ ਪੁਰਜ਼ੋਰ ਮੰਗ ਇਹੀ ਆ ਕਿ ਇਹਨਾਂ ਦੇ ਉੱਪਰ ਜੋ ਦੋ ਚਾਰ ਦੁਕਾਨਦਾਰ ਆ, ਜੋ ਸਰਕਾਰੀ ਪ੍ਰੋਪਰਟੀ ਦਾ ਜੋ ਨੁਕਸਾਨ ਪਹੁੰਚਾ ਰਿਹਾ, ਜੋ ਸਿਕਿਉਰਟੀ ਗਾਰਡ ਦੀ ਜਵਾਬਦਾਰੀ ਆ ਉਹਨੂੰ ਪਹੁੰਚਾਉਣ ਦੀ, ਅਤੇ ਇਹਨਾਂ ਨੂੰ ਡਰਾ ਧਮਕਾ ਕੇ ਧਮਕੀਆਂ ਦੇ ਕੇ ਜਾਨੋਂ ਮਾਰਨ ਦੀਆਂ ਜਾਂ ਸੱਟਾਂ ਲਾਉਣ ਦੀਆਂ, ਅਤੇ ਉਹਦਾ ਗਲਤ ਇਸਤੇਮਾਲ ਕਰਦੇ, ਇਹਨਾਂ ਦੇ ਉੱਤੇ ਨੱਥ ਪਾਈ ਜਾਵੇ, ਅਤੇ ਜੋ ਬਾਕੀ ਮਾਰਕੀਟ ਸ਼ਾਂਤੀ ਨਾਲ ਚੱਲ ਰਹੀ ਹੈ, ਬਾਕੀ ਵੀ ਚੱਲਦੀ ਰਹੇ, ਅਤੇ ਮੇਰੀ ਸਿਕਿਉਰਟੀ ਗਾਰਡ ਵੀ ਜੋ ਦਿਨ ਰਾਤ ਡਿਊਟੀ ਕਰਦੀ ਹੈ, ਆਪਣੀ ਬੇਫਿਕਰ ਹੋ ਕੇ ਡਿਊਟੀ ਕਰੇ, ਉਹ ਸਰਕਾਰੀ ਪ੍ਰੋਪਰਟੀ ਦੀ ਇਸਤੇਮਾਲ ਜਿਹੜਾ ਉਹਦੀ ਰਾਖੀ ਕਰੇ। CCTV ਫੁਟੇਜ ਆ ਗਈ ਸਰ ਆਪਣੇ? ਹਾਂਜੀ CCTV ਫੁਟੇਜ ਜੀ ਮੇਰੇ ਕੰਟਰੋਲ ਰੂਮ 'ਚ ਹੈ, ਤੁਹਾਨੂੰ ਉਹ ਸਾਰੀ ਫੁਟੇਜ ਮਿਲ ਜਾਏਗੀ, ਹਾਂਜੀ ਪੂਰੇ ਕੈਮਰੇ ਦੇ ਅੰਦਰ ਹੈ ਪੂਰੀ, ਤੁਹਾਨੂੰ ਹਾਂਜੀ ਪੁਲਿਸ ਵੱਲੋਂ ਉਹਨਾਂ ਨੇ MIA ਕੱਟ ਕੇ ਦਿੱਤੀ ਹੈ ਵੀ ਮੈਡੀਕਲ ਕਰਵਾ ਕੇ ਲਿਆਓ ਮੁੰਡਿਆਂ ਦਾ, ਦਰਖਾਸਤਾਂ ਦਿੱਤੀਆਂ, ਅੱਗੇ ਨੈਕਸਟ ਵੇਖੋ ਕਿਆ ਕਾਰਵਾਈ ਕਰ ਦਿੰਦੇ, ਵੀ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ, ਤਾਂ ਉਹਨਾਂ ਨੂੰ ਜਦੋਂ ਦੁਕਾਨ ਖੁੱਲ੍ਹਦੀ ਹੈ ਲਿਆਵਾਂਗੇ,
अजे तक जो भी सानू सही कार्रवाई की करते हैं वो तो पता लगेगा नैक्सट कदम के उपर लगे वो बारे सूँ पता लगे मौके पर पहुंचे पुलिस पार्टी समेत जी तो झगड़े दौरान उन्होंने को सट्टा लगिया उन्होंने एम एल करके दी गई है तो डॉक्टरी मुआवजा कराने वास्ते सिविल हॉस्पिटल पहुँच चुके हैं जी तो जो बन की कार्रवाई अमले में लिया जाएगी सीसीटीवी ये फुटेज चेक करनी है। लाइव भारत के लिए अमृतसर से ब्यूरो रिपोर्ट।